ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿقبال ਪੰਜਾਬ ਵਡਾ 247 ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਮੈਂ ਗਗਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਹਾਂ ਐਟ ਪੰਜਾਬ ਵਡਾ 247 ਦੇ ਉੱਪਰ ਸੋ ਤੁਸੀਂ ਜੁੜ ਚੁੱਕੇ ਹੋ ਜੀ ਮੇਰੇ ਨਾਲ ਗਗਨ ਫਰਦੌਸੀ ਦੇ ਨਾਲ ਸੋ ਸੈਸ਼ਨ ਨੂੰ ਕਰ ਦਿਓ ਜੀ ਇੱਕ ਵਾਰੀ ਸ਼ੇਅਰ ਤੇ ਨਾਲ ਦੀ ਨਾਲ ਕਰ ਦਿਓ ਲਾਈਕ ਤਾਂ ਜੋ ਮੈਕਸਿਮਮ ਜਿੰਨੇ ਵੀ ਸਾਥੀ ਸਾਥੀ ਨਾਲ ਜੁੜਿਆ ਉਹ ਸੈਸ਼ਨ ਨੂੰ ਦੇਖ ਸਕਣ ਕਿਉਂਕਿ ਸ਼ੇਅਰ ਕਰ ਦਿਓ ਸੈਸ਼ਨ ਨੂੰ ਜਿਨ੍ਹਾਂ ਨੇ ਹਾਲੇ ਤੱਕ ਸ਼ੇਅਰ ਨਹੀਂ ਕੀਤਾ ਤੇ ਨਾਲ ਦੀ ਨਾਲ ਕਰ ਦਿਓ ਜੀ ਲਾਈਕ ਸੋ ਗੱਲ ਕਰੀ ਅਸੀਂ ਅੱਜ ਅੰਮ੍ਰਿਤਾ ਪ੍ਰੀਤਮ ਜੀ ਦੀ ਜਿਹੜੀ ਸਵੈ ਜੀਵਨੀ ਉਹਦੇ ਬਾਰੇ ਗੱਲ ਕਰਨ ਲ ਪ੍ਰੀਤਮ ਜੀ ਦੀ ਜਿਹੜੀ ਸਵੈ ਜੀਵਨੀ ਹੈ ਠੀਕ ਹੈ ਜੀ ਉਹਨਾਂ ਬਾਰੇ ਗੱਲ ਕਰਾਂਗੇ ਉਹਦੇ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ ਆਤਮ ਕਥਾ ਜੀ ਆਪਾਂ ਕਹਦੇ ਰਸੀਦੀ ਟਿਕਟ ਤੇ 1976 ਦੇ ਵਿੱਚ ਆਉਂਦੀ ਹੈ ਇਹ ਪਹਿਲੀ ਗੱਲ ਤੇ ਇਹ ਤੇ ਵਕਫ ਵਕਫ ਪੜਾ ਡਿਸਕਸ ਕਰਾਂਗੇ ਆਪਾਂ ਬੇਸਿਕਲੀ ਇਹਦੇ ਵਿੱਚ ਕਿ ਅਮ੍ਰਿਤਾ ਪ੍ਰੀਤਮ ਨੇ ਕਿਹੜੀਆਂ ਉਹ ਗੱਲਾਂ ਨੂੰ ਸ਼ੋਹਨ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਉਸਫਨਿਆਂ ਨੂੰ ਕਿਹੜੇ ਉਹ ਜਵਾਨੀ ਦੇ ਪਲਾਂ ਨੂੰ ਇਹਦੇ ਵਿੱਚ ਡਿਸਕ੍ਰਾਈਬ ਕੀਤਾ ਹੈ ਉਹਦੇ ਬਾਰੇ ਮੈਂ ਗੱਲ ਕਰੂੰਗਾ ਸੋ ਇੱਕ ਵਾਰੀ ਸੈਸ਼ਨ ਨੂੰ ਕਰ ਤੁਹਾਡੀ ਸ਼ੇਅਰ ਤੇ ਨਾਲ ਦੀ ਨਾਲ ਕਰ ਦਿਓ ਲਾਈਕ ਤਾਂ ਜੋ ਮੈਕਸਿਮਮ ਜਿੰਨੇ ਵੀ ਸਾਥੀ ਆ ਸਾਡੇ ਨਾਲ ਜੋੜ ਸਿਕੰਸੋ ਅੱਜ ਦੀ ਕਲਾਸ ਦੇ ਵਿੱਚ ਠੀਕ ਹੈ ਜੀ ਹਾਂਜੀ ਸੋ ਜੇ ਬੇਸਿਕਲੀ ਆਪਾਂ ਗੱਲ ਕਰਨੀ ਹੋਵੇ ਅਮ੍ਰਿਤਾ ਪ੍ਰੀਤਮ ਜੀ ਦੀ ਇਹ ਜਨਮ ਦੀ ਗੱਲ ਕਰੀ ਤਾਂ 31 ਅਗਸਤ ਨੂੰ ਹੋਇਆ ਸੀਗਾ ਜਨਮ 1919 ਦੇ ਵਿੱਚ ਤੇ 31 ਅਕਤੂਬਰ ਨੂੰ 2005 ਨੂੰ ਡੈਥ ਹੋਈ ਸੀ ਇਹਨਾਂ ਦੀ ਠੀਕ ਹੈ 31 ਅਗਸਤ 1919 ਤੇ 31 ਅਕਤੂਬਰ 2005 ਇਹ ਮੇਨ ਦੋ ਚੀਜ਼ਾਂ ਰਹਿਣਗੀਆਂ ਠੀਕ ਹੈ ਜੀ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਵੀ ਹੈ ਨਾਵਲਕਾਰ ਠੀਕ ਹੈ ਜੀ ਤੇ ਅੱਜ ਸ਼ੁਰੂ ਕਰਦੇ ਆਂ ਜੀ ਫਿਰ ਆਪਾਂ ਇਹਨਾਂ ਦੇ ਨਾਵਲ ਆਪਣੀ ਜਿਹੜੀ ਆਤਮ ਕਥਾ ਹੁਣ ਕਹਿੰਦੇ ਆ ਸਟਾਰਟਿੰਗ ਕਿੱਦਾਂ ਹੁੰਦੀ ਆ ਕਿ ਰਸੀਦੀ ਟਿਕਟ ਇਹਦੇ ਚ ਕਹਿੰਦੇ ਆ ਕਿ ਇੱਕ ਦਿਨ ਖੁਸ਼ਵੰਤ ਸਿੰਘ ਨੇ ਗੱਲਾਂ ਕਰਦੇ ਆ ਕਿਹਾ ਸੀ ਤੇਰੀ ਜਵਾਨੀ ਦਾ ਕੀ ਹੈ ਬਸ ਇੱਕ ਅੱਧਾ ਹਾਸਾ ਲਿਖਣ ਲੱਗੇ ਤਾਂ ਰਸੀਦੀ ਟਿਕਟ ਦੀ ਪਿੱਠ ਉਤੇ ਲਿਖੀ ਜਾਏ ਸੋ ਇੱਕ ਟੌਂਟ ਦੇ ਆਪਾਂ ਕਹਿ ਰਹੀਏ ਠੀਕ ਹੈ ਦੀ ਖੁਸ਼ਵੰਤ ਸਿੰਘ ਦੇ ਨਾਲ ਗੱਲਾਂ ਕਰਦਾ ਹੋਇਆ ਸੀ ਕਿ ਰਸੀਦੀ ਟਿਕਟ ਸ਼ਾਇਦ ਇਸ ਲਈ ਆਖਿਆ ਕਿ ਬਾਕੀ ਟਿਕਟਾਂ ਦਾ ਸਾਈਜ਼ ਬਦਲਦਾ ਰਹਿੰਦਾ ਹੈ ਪਰ ਜਿਹੜੀ ਰਸੀਦੀ ਟਿਕਟ ਹੈ ਉਹਦਾ ਸਾਈਜ਼ ਜਿਹੜਾ ਹੈ ਉਨਾ ਹੀ ਰਹਿੰਦਾ ਹੈ ਨਿੱਕਾ ਰਹਿੰਦਾ ਹੀ ਠੀਕ ਹੀ ਆਖਿਆ ਸੀ ਜੋ ਕੁਝ ਵਾਪਰਿਆ ਮਨ ਦੀਆਂ ਤਹਾਂ ਵਿੱਚ ਵਾਪਰਿਆ ਤੇ ਉਹ ਸਾਰਾ ਕੁਝ ਨਜ਼ਮਾਂ ਤੇ ਨਾਵਲਾਂ ਦੇ ਹਵਾਲੇ ਹੋ ਗਿਆ ਤੇ ਫਿਰ ਬਾਕੀ ਰਿਹਾ ਕੀ ਠੀਕ ਹੈ ਧਿਆਨ ਨਾਲ ਗੌਰ ਫਰਮਾਇਓ ਲਫ਼ਜ਼ਾਂ ਦੇ ਉੱਪਰ ਫੇਰ ਵੀ ਕੁਝ ਸਤਰਾ ਲਿਖ ਰਹੀ ਹਾਂ ਕੁਝ ਇੰਜ ਜਿਵੇਂ ਜ਼ਿੰਦਗੀ ਦੇ ਲੇਖੇ ਜੋਖੇ ਦੇ ਕਾਗਜ਼ਾ ਉੱਤੇ ਇੱਕ ਨਿੱਕੀ ਜਿਹੀ ਰਸੀਦੀ ਟਿਕਟ ਲਾ ਰਹੀ ਹੁਵਾਂ ਨਜ਼ਮਾਂ ਤੇ ਨਾਵਲਾਂ ਦੇ ਲੇਖੇ ਜੋਖੇ ਦੀ ਕੱਚੀ ਰਸੀਦ ਨੂੰ ਪੱਕੀ ਰਸੀਦ ਕਰਨ ਦੇ ਲਈ ਸੋ ਸਟਾਰਟਿੰਗ ਹੋਈ ਇਨਾਂ ਅਲਫਾਜ਼ਾਂ ਦੇ ਨਾਲ ਇਨਾਂ ਲਫਜ਼ਾਂ ਦੇ ਨਾਲ ਜਿਦੇ ਵਿੱਚ ਉਹਨਾਂ ਨੇ ਖਸ਼ਵੰਤ ਸਿੰਘ ਦਾ ਡਾਇਲੋਗ ਹੁੰਦੇ ਦੱਸੇ ਸੀਗੇ ਸੋ ਬੇਸਿਕਲੀ ਆਪਾਂ ਸਫ਼ਰ ਨੂੰ ਇਸ ਤਰੀਕੇ ਨਾਲ ਕਰਾਂਗੇ ਕਿ 1918 ਦੇ ਵਿੱਚ ਸਟਾਰਟ ਕੀਤੀ ਇਹਨਾਂ ਨੇ ਕਿ ਮੇਰੀ ਹੋਂਦ ਇੱਕ ਵਾਰੇ ਪਹਿਲਾਂ ਦਾ ਅੱਜ ਪਹਿਲੀ ਵਾਰ ਵੇਖ ਰਹੀ ਹਾਂ ਅੱਗੇ ਸਿਰਫ ਸੁਣਿਆ ਸੀ ਮੇਰੇ ਮਾਪੇ ਦੋਵੇਂ ਪਚਖੰਡ ਪਸੌੜ ਦੇ ਸਕੂਲ ਵਿੱਚ ਪੜ੍ਹਾਉਂਦੇ ਸੀ ਇਹ ਇਹਨਾਂ ਨੇ ਆਪਣੇ ਪਹਿਲਾਂ ਸਭ ਤੋਂ ਜੇ ਆਪਾਂ ਗੱਲ ਕਰੀਏ ਮੈਂ ਵਾਰੀ-ਵਾਰੀ ਸਟੇਜਸ ਬਾਈ ਦੇ ਨੂੰ ਡਿਸਕ੍ਰਾਈਬ ਕਰਨਾ ਚਾਹਾਂਗਾ ਤੇ ਪਹਿਲੀ ਗੱਲ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਕਿ ਇਹਨਾਂ ਨੇ ਆਪਣੇ ਸੁਪਨਿਆਂ ਨੂੰ ਮੇਨ ਦੱਸਿਆ ਹੈ ਸੁਪਨਿਆਂ ਨੂੰ ਦੱਸਿਆ ਹੈ ਕਿ ਉਹਨਾਂ ਦੇ ਸੁਪਨੇ ਐਕਚੁਅਲ ਦੇ ਵਿੱਚ ਕੀ ਸਨ ਠੀਕ ਹੈ ਜੀ ਤੇ ਨਾਲ ਦੀ ਨਾਲ ਫਿਰ ਇਹ ਆ ਜਾਂਦੇ ਆ ਆਪਣੇ ਜਵਾਨੀ ਨੂੰ ਡਿਸਕ੍ਰਾਈਬ ਕੀਤਾ ਹੈ ਠੀਕ ਹੈ ਜੀ ਯਾਤਰਾਵਾਂ ਨੂੰ ਡਿਸਕ੍ਰਾਈਬ ਕੀਤਾ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਨੇ ਆਪਣੇ ਉਹ ਚੀਜ਼ਾਂ ਨੂੰ ਬੜੇ ਹੀ ਵਧੀਆ ਢੰਗ ਦੇ ਵਿੱਚ ਆ ਹੂਣੀ ਦਾ ਪਰਸ਼ਾਵਾਂ ਸਰ ਜਿਹੜੇ ਸਰਨਾਮੇ ਦਿੱਤੇ ਹੋਏ ਨਾ ਇਹ ਬੜੇ ਵਧੀਆ ਜਦੋਂ ਆਪਾਂ ਪੜਨ ਬੈਠਦੇ ਆ ਤਾਂ ਜ਼ਰੂਰ ਪੜਿਓ ਘਰ ਵਿੱਚ ਤਾਂ ਨਹੀਂ ਪਰ ਚੌਂਕੇ ਵਿੱਚ ਨਾਨੀ ਦਾ ਰਾਜ਼ ਹੁੰਦਾ ਸੀ ਸਭ ਤੋਂ ਪਹਿਲਾਂ ਬਗਾਵਤ ਮੈਂ ਉਹਦੇ ਰਾਜ ਚ ਕੀਤੀ ਸੀ ਭਾਵ ਕਿ ਜਿਹੜੇ ਇੱਕ ਜਵਾਨੀ ਦੇ ਵਿੱਚ ਜਿਹੜੇ ਉਹ ਚੇਂਜਸ ਹੁੰਦੇ ਆ ਠੀਕ ਹੈ ਜੀ ਜਾਂ ਫਿਰ ਖੁੱਲਾ ਸੋਚ ਦਾ ਦਾਇਰਾ ਤੇ ਜਿਹੜੀ ਇੱਕ ਨਾਰੀ ਸੰਵੇਦਨਾ ਸਾਨੂੰ ਕਲਮਾਂ ਦੇ ਰਾਹੀਂ ਦੇਖਣ ਨੂੰ ਮਿਲਦੀ ਹੈ ਅਮ੍ਰਿਤਾ ਪ੍ਰੀਤਮ ਦੇ ਉਹ ਕਿਵੇਂ ਉੱਭਰ ਕੇ ਆਈ ਕਿਵੇਂ ਇੱਕ ਪਿੰਜਰਾ ਤੋੜ ਕੇ ਜਦੋਂ ਇੱਕ ਚੀੜੀ ਜਿਹੜੀ ਉਡਾਨ ਭਰਦੀ ਭਰਦੀ ਹੈ ਉਸ ਚੀਜ਼ ਬਾਰੇ ਇਹਦੇ ਵਿੱਚ ਜ਼ਿਕਰ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਸਰਨਾਮੇ ਆ ਸਭ ਤੋਂ ਵਧੀਆ ਮੰਨੇ ਜਾਣਗੇ ਕਿ ਜਿਹੜੇ ਸਰਨਾਮੇ ਦਿੱਤੇ ਗਏ ਆ ਉਹ ਬਹੁਤ ਬਾਖਮਾਲ ਤੇ ਬਾਮਦਾਰ ਨੇ ਜਿਵੇਂ ਤੁਸੀਂ ਦੇਖ ਸਕਦੇ 31 ਜੁਲਾਈ 1930 ਨੂੰ ਮੈਂ ਮਸਾ ਯਾਰ 11 ਵਰਿਆਂ ਦੀ ਸੀ ਭਾਵ ਕਿ ਉਹਨਾਂ ਨੇ ਆਪਣੇ ਜਨਮ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਉਹ ਜਿਹੜੇ ਪੜਾ ਡਿਸਕਸ ਕੀਤੇ ਆ ਸਾਡੇ ਨਾਲ ਜਿਦੇ ਵਿੱਚ ਉਹਨਾਂ ਦੇ ਜਿਹੜੇ ਇੰਟਰਨਲ ਚੇਂजेस ਕੀ ਹੋਏ ਸੀਗੇ ਉਹਨਾਂ ਨੇ ਜਦੋਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਦੀਆਂ ਫੀਲਿੰਗਸ ਕੀ ਸਨ ਜਿਵੇਂ ਉਹ ਜ਼ਿਕਰ ਕਰਦੇ ਨੇ ਕਿ ਜਦੋਂ ਉਹ 16 ਵਰਿਆਂ ਦੀ ਸਨ ਤਾਂ ਉਹਦੇ ਫਾਦਰ ਸਾਹਿਬ ਜੀ ਨੇ ਨਾਤਾ ਉਹਨਾਂ ਦਾ ਕੋਈ ਦੋਸਤ ਰਹਿਣ ਦਿੱਤਾ ਈਵਨ ਮੁੰਡਾ ਤੇ ਕੁੜੀ ਕੋਈ ਵੀ ਨਹੀਂ ਸੀਗਾ ਤੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਦੇ ਵਿੱਚ ਮੇਰੇ ਜਿਹੜੇ ਅੰਦਰੂਨੀ ਹਾਵ ਭਾਵ ਸੀਗੇ ਕਿਸ ਤਰੀਕੇ ਦੇ ਨਾਲ ਮੇਰੇ ਕਵਿਤਾਵਾਂ ਦੇ ਵਿੱਚ ਦੇਖਣ ਨੂੰ ਮਿਲੇ ਕਿਸ ਤਰ੍ਹਾਂ ਮੇਰੇ ਨਾਵਲ ਨਾਟਕ ਦੇ ਵਿੱਚ ਉਹਨਾਂ ਚੀਜ਼ਾਂ ਨੇ ਜਨਮ ਲਿਆ ਸੋ ਇਹ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਆਪਾਂ ਦੱਸਦੇ ਜਿਵੇਂ ਆ ਤੁਸੀਂ ਦੋ ਕਿ ਮੇਰੀ ਜ਼ਿੱਦ ਕਿਹੜੀ ਸੀ ਜ਼ਿੱਦ ਦੀ ਗੱਲ ਕਰੀਏ ਰੱਬਾ ਕੋਈ ਨਹੀਂ ਰੱਬ ਕੋਈ ਨਹੀਂ ਹੁੰਦਾ ਇੰਜ ਨਹੀਂ ਆਖੀਦਾ ਕਿਉਂ ਉਹ ਗੁੱਸੇ ਹੋ ਜਾਂਦਾ ਹੈ ਤੇ ਹੋ ਜਾਵੇ ਮੈਨੂੰ ਪਤਾ ਹੈ ਰੱਬ ਕੋਈ ਨਹੀਂ ਆ ਤੈਨੂੰ ਕਿਸ ਤਰ੍ਹਾਂ ਪਤਾ ਹੈ ਜੇ ਉਹ ਹੁੰਦਾ ਤਾਂ ਮੇਰੀ ਗੱਲ ਸੁਣਦਾ ਸੋ ਇੱਕ ਡਾਇਲੋਗ ਹੋ ਰਿਹਾ ਉਮਰ ਕਦੋਂ ਦੀ ਹੈ ਸਿਰਫ 11 ਵਰਿਆਂ ਦੀ ਅਮ੍ਰਿਤਾ ਪ੍ਰੀਤਮ ਹੈ ਤੇ ਉਦੋਂ ਦੀ ਗੱਲ ਹੋ ਰਹੀ ਆ ਇਹਨਾਂ ਲਫ਼ਜ਼ਾਂ ਦੇ ਵਿੱਚ ਸੋ ਇਹ ਜਿਹੜੀ ਉਹਨਾਂ ਦੀ ਆਟੋ ਬਾਇਓਗ੍ਰਾਫੀ ਮੈਂ ਕਹਿਣੀ ਚਾਹਾਂਗਾ ਤੇ ਆ ਜਵਾਨੀ ਦੇ ਪਲਾਂ ਨੂੰ ਉਹਨਾਂ ਨੇ ਆਪਣੇ ਇਸ ਜਿਹੜੀ ਆ ਕਿਤਾਬ ਹੈ ਉਹਦੇ ਵਿੱਚ ਦਿਖਣ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਮੈਂ 16 ਵਰਿਆਂ ਦੀ ਹੋ ਗਈ ਠੀਕ ਹੈ ਜੀ 16ਵਾਂ ਵਰਾ ਜਦੋਂ ਉਹਨਾਂ ਦੇ ਆਉਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਉਹਨਾਂ ਨੇ ਇਸ ਟੀਨ ਨੂੰ ਪੇਸ਼ ਕਰਨ ਅੰ ਦੀ ਜਦੋਂ ਜਾਹਿਦ ਕੀਤੀ ਹੋਈ ਹੈ ਸੋ ਇੱਕ ਤਰ੍ਹਾਂ ਦੀ ਇਹ ਆਟੋ ਬਾਇਓਗ੍ਰਾਫੀ ਮੈਂ ਓਪਨ ਲਈ ਜੇ ਓਵਰਵਿਊ ਆਪਾਂ ਕਰਨਾ ਹੋਏ ਇੱਕ ਦੋ ਗੱਲਾਂ ਦੇ ਵਿੱਚ ਤਾਂ ਤਿੰਨ ਚੀਜ਼ਾਂ ਇਹਦੇ ਵਿੱਚ ਮੇਨ ਆਉਣਗੀਆਂ ਪਹਿਲਾ ਉਹਨਾਂ ਨੇ ਇੱਕ ਨਾਰੀ ਸੰਵੇਦਨਾ ਦੀ ਗੱਲ ਜਿਹੜੀ ਆਪਣੀ ਕਵਿਤਾਵਾਂ ਦੇ ਵਿੱਚ ਆਪਣੇ ਆਤਮਖਤਾ ਦੇ ਵਿੱਚ ਕੀਤੀ ਹੈ ਕਿ ਕਿਵੇਂ ਇੱਕ ਨਾਰੀ ਜਦੋਂ ਪਿੰਜਰਾ ਤੋੜ ਕੇ ਲਿਖਣਾ ਸ਼ੁਰੂ ਕਰਦੀ ਹੈ ਸਾਹਿਤ ਨੂੰ ਅਪਣਾਉਂਦੀ ਹੈ ਤੇ ਕਿਹੜੀਆਂ-ਕਿਹੜੀਆਂ ਉਹਦੀਆਂ ਮਨੋਭਾਵਨਾਵਾਂ ਹੁੰਦੀਆਂ ਤੇ ਸਮਾਜਿਕ ਜਿਹੜਾ ਆਇਨਾ ਹੈ ਕਿਵੇਂ ਇਸ ਟੀਨ ਨੂੰ ਪੋਰਟਰੇਟ ਕਰਦਾ ਹੈ ਕਿਸ ਤਰ੍ਹਾਂ ਉਹਦਾ ਪ੍ਰਤੀਕਰਮ ਦਿੰਦਾ ਹੈ ਪਹਿਲੀ ਗੱਲ ਇਹ ਦੂਜਾ ਇਹਦੇ ਵਿੱਚ ਉਹਨਾਂ ਨੇ ਆਪਣੀਆਂ ਯਾਤਰਾਵਾਂ ਆਪਣੇ ਹਾਦਸੇ ਜ਼ਿੰਦਗੀ ਦੇ ਉਹ ਦੇਖੇ ਨੇ ਤੇ ਬਾਕੀ ਜੇ ਓਵਰਵਿਊ ਲਾਸਟ ਦੇ ਵਿੱਚ ਮੈਂ ਕੁਝ ਗੱਲਾਂ ਨਾਲ ਇਹਨੂੰ ਸਮ ਅਪ ਕਰਨਾ ਚਾਹੁੰਗਾ ਕਿ ਇੱਕ ਵਾਰੀ ਜ਼ਰੂਰ ਪੜ ਲਿਓ ਜੇ ਤੁਹਾਨੂੰ ਪੇਪਰ ਦੇ ਵਿੱਚ ਕੀ ਪੁੱਛਿਆ ਜਾਊਗਾ ਸਿੰਪਲੀ ਕਿ ਰਸੀਦੀ ਟਿਕਟ ਦਾ ਜਿਹੜਾ ਟਾਈਟਲ ਹੈ ਸਿਰਨਾਮਾ ਆ ਕਿਉਂ ਰੱਖਿਆ ਗਿਆ ਆ ਉਹ ਅਸੀਂ ਸਟਾਰਟਿੰਗ 'ਚ ਪੜ ਲਿਆ ਤੇ 1976 ਦੇ ਵਿੱਚ ਜਦੋਂ ਇਹ ਪਬਲਿਸ਼ ਹੁੰਦੀ ਹੈ ਉਦੋਂ ਇਹ ਮਾਰਕੀਟ ਦੇ ਵਿੱਚ ਆਉਂਦੀ ਹੈ ਤੇ ਜਿਹੜੀ ਜਨਮ ਮੌਤ ਤੁਸੀਂ ਇਹ ਕਰਵਾ ਦਿੱਤਾ ਬਾਕੀ ਮਾਸਟਰ ਕੈਡਰ ਦੇ ਵਿੱਚ ਤੁਸੀਂ ਸਿਰਫ ਇੰਨਾ ਯਾਦ ਰੱਖਣਾ ਕਿ ਜਿਹੜਾ ਰਸੀਦੀ ਟਿਕਟ ਹੈ ਇਹ ਅਮ੍ਰਿਤਾ ਪ੍ਰੀਤਮ ਦੀ ਆਤਮਕਥਾ ਹੈ ਸੋ ਬਾਕੀ ਇਹੋ ਜੇ ਹੋਰ ਮੈਂ ਕਹਿਣਾ ਕਿ ਵਧੀਆ ਸੈਸ਼ਨ ਐਨਜੋਏ ਕਰਨ ਦੇ ਲਈ ਮੇਰੇ ਨਾਲ ਜੁੜਿਆ ਕਰੋ 2 ਵਜੇ ਪੰਜਾਬੀ ਸਾਹਿਤ ਤੇ 4 ਵਜੇ ਪੰਜਾਬੀ ਵਿਆਕਰਨ ਬਾਕੀ ਖੋਰ ਗੱਲ ਕਿ ਜਿਹੜੇ ਜੁੜਨਾ ਚਾਹੁੰਦੇ ਨੇ ਪੰਜਾਬ ਅੱਡਾ 247 ਦੇ ਨਾਲ ਤੇ ਉਹਨਾਂ ਦੇ ਲਈ ਮਹਾ ਪੈਕ ਹੈ ਇੱਕ ਪੰਜਾਬ ਦਾ ਮਹਾ ਪੈਕ ਠੀਕ ਹੈ ਜੀ ਮੈਂ ਬਹੁਤ ਵਾਰੀ ਡਿਸਕਸ ਕੀਤਾ ਹੈ ਪੰਜਾਬ ਦਾ ਮਹਾ ਪੈਕ ਜਿਨ੍ਹਾਂ ਨੇ ਹਲੇ ਤੱਕ ਨਹੀਂ ਲਿਆ ਉਹ ਜ਼ਰੂਰ ਬਾਏ ਕਰ ਲੈਣ ਠੀਕ ਹੈ ਜੀ Y393 ਕੋਡ ਜ਼ਰੂਰ ਲਾ ਲਿਓ ਤੇ ਅੱਡਾ 247 ਤੇ ਜਾ ਕੇ ਅੱਡਾ 247 ਗੂਗਲ 'ਜੀ' ਤੋਂ ਸਰਚ ਕਰਕੇ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਪੰਜਾਬ ਵੱਡਾ 24/7 ਸਰਚ ਕਰ ਲਿਓ ਤੇ ਬਾਕੀ ਮਹਾਪੈਗ ਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸਿਆ ਜਾਊਗਾ ਬਾਕੀ ਕਲਾਸ ਜ਼ਰੂਰ ਦੇਖੋ ਇੱਕ ਕਲਾਸ ਲੱਗਦੀ ਹੈ ਆਪਣੀ 2 ਵਜੇ ਤੇ ਇੱਕ ਲੱਗਦੀ ਹੈ ਆਪਣੀ 4 ਵਜੇ ਬਾਕੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਦੇ ਲਈ ਸੋ ਹੱਸਦੇ ਰਹੋ ਵਸਦੇ ਰਹੋ ਤੇ ਪੜ੍ਹਦੇ ਰਹੋ ਪੰਜਾਬੀ ਪੜੋ ਪੰਜਾਬੀ ਲਿਖੋ ਤੇ ਪੰਜਾਬੀयत ਜਿੰਦਾਬਾਦ ਰਹੇ ਬਹੁਤ-ਬਹੁਤ ਧੰਨਵਾਦ ਜੀ